ਤੇਵਾਲ ਸਫੈਦ ਹੋ ਗਏ। ਇਸ ਤੋਂ ਵੱਡਾ ਮਸਾਹਿਬ ਹੈ ਹੀ ਮੇਰੇ ਕੋਲ ਕੋਈ ਨਾ। ਜਦੋਂ ਆ ਕੇ ਆਪਣੀ ਮਸਨਤ ਤੇ ਬੈਠੇ ਤੇ ਧੀਆਂ ਕੋਲ ਆ ਗਈਆਂ। 4 ਸਾਲ ਹਜਾਤ ਤੈਯਬਾ ਸ਼ਾਮ ਅਲੀ ਸੈਣ ਦੀ, ਛੋਟੀ ਸ਼ਹਿਜ਼ਾਦੀ 2.5 ਸਾਲ ਜ਼ਹਿਰੀ ਹਜਾਤੀ ਆਈ। 4 ਸਾਲਾਂ ਦੀ ਮੇਰੀ ਆਲੀਏ ਸੈਣ ਮਾਂ ਦੇ ਕੋਲ ਆਈਏ, ਆਪਣੀ ਚਾਦਰ ਤੇ ਤਹੀਰ ਨਾਲ ਮਾਂ ਦੇ ਹੰਝੂ ਸਾਫ਼ ਕਰਕੇ ਪਿਆ ਦੀ ਮੋ ਜਾਣੇ ਅੰਮਾ ਤੂੰ ਨਾ ਰੋ, ਕੋਈ ਗੱਲ ਨਹੀਂ, ਹੱਕ ਨਹੀਂ ਦਿੱਤਾ ਅੱਲਾ ਤੇਰੇ ਦਾਜ ਜ਼ਮੀਨ ਆਸਮਾਨ ਨਹੀਂ ਲਿਖਾ ਛੋੜੇ। ਸਾਰਿਆਂ ਦੀ ਹਾਏ ਨਾ ਨਿਕਲੀ, ਮੈਨੂੰ ਦੁੱਖ ਜ਼ਰੂਰ ਲੱਗ ਸੀ। ਧੀਆਂ ਨੂੰ ਹਾਂ ਨਾ ਲਾ ਕੇ ਪਿਆ ਦਈਏ, ਫਦਕ ਦਾ ਦੁੱਖ ਨਹੀਂ, ਉਹਨਾਂ ਆਖਿਆ ਮੈਂ ਭੁੱਲ ਗਈ ਆ। ਚੱਲ ਆਪਣੇ ਕਿਸੇ ਗਮ ਵਿੱਚ ਨਾ ਰੋਵੇ, ਮੇਰੀ ਦੁਆ ਆਈ ਜੀ ਲੱਖ ਵਾਰੀ ਆ। ਮੈਂ ਦਰੈਨ ਕੁਰਬਾਨ ਕਰ ਦੇਵਾਂ, ਹਾਏ ਕਰਕੇ ਰੋਵਣ ਆ ਲਿਓ, ਕਿਸਮਤ ਮੇਰੀ ਸਹਿਣ ਦੀ। ਧੀਆਂ ਨਾਲ ਬੜਾ ਹੀ ਪਿਆਰ ਕੀਤਾ ਕਰੋ ਭਾਈ, ਉਹ ਮੇਰੇ ਸੀਆ ਸੁਨੀ ਭਾਈ ਤਸ਼ਰੀਫ ਫਰਮਾਓ। ਇਹ ਉਹ ਨਿਮਤ ਜਿਹੜੀ ਅੱਲਾਹ ਰਹਿਮਤ ਬਣਾ ਕੇ ਨਾਜ਼ਿਲ ਕੀਤੀ। ਹੈਰਤ ਹੁੰਦੀ ਹੈ ਐਸੇ ਲੋਕਾਂ ਤੇ, ਬੇਟੇ ਦੀ ਵੀ ਖੁਆਇਸ਼ ਹੁੰਦੀ ਹੈ, ਲੇਕਿਨ ਬੇਟੇ ਦੀ ਆਸ ਵਿੱਚ ਧੀਆਂ ਜੰਮਣਾ ਤੇ ਫਿਰ ਧੀਆਂ ਨੂੰ ਹੱਕ ਨਾ ਦੇਣਾ ਜਾਂ ਪਿਆਰ ਨਾ ਕਰਨਾ ਜਾਂ ਹਕਾਰਤ ਦੀ ਨਜ਼ਰ ਨਾਲ ਵੇਖਣਾ, ਇਹ ਮੁਸਲਮਾਨ ਮੁਮਿਨ ਦਾ ਸ਼ੇਵਾ ਨਹੀਂ ਹੈ। ਹੋ ਸਕਦਾ ਜਿਹੜਾ ਤੂੰ 6 ਧੀਆਂ ਦੇ ਬਾਅਦ ਪੁੱਤਰ ਅੱਲਾਹ ਤੋਂ ਲੈ, ਹੋ ਸਕਦਾ ਉਹ ਤੇਰਾ ਕਦਰਦਾਨ ਹੀ ਨਾ ਬਣੇ। ਹੋ ਸਕਦਾ, ਯਾਦ ਰੱਖਿਆ ਹੈ, ਪਿਓ ਗਰੀਬ ਵੀ ਹੋਵੇ ਨਾ ਤੇ ਪੁੱਤਰ ਲੜ ਕੇ ਈਦ ਲੈ ਲੈਂਦੇ। ਧੀ ਪਿਓ ਦਾ ਮੂੰਹ ਵੇਦੀਏ ਖੁਸ਼ ਯਾ ਰੰਜ ਭਲਾ ਉਹ ਹਾਏ ਕਰਕੇ ਰੋਣ ਵਾਲਾ ਜੀ ਲੱਖ ਮੇਰੀ ਆਖਾ ਸ਼ਾਲਾ। ਆਪਣੇ ਬੜਾ ਪਿਆਰ ਕੀਤਾ ਕਰੋ ਧੀਆਂ ਨਾਲ। ਮੇਰੇ ਬਜ਼ੁਰਗ ਬੈਠੇ ਹੋ, ਜਵਾਨ ਬੈਠੇ ਹੋ, ਆਖੋ ਤਾਂ ਮੈਂ ਇੱਕ ਮਿੰਨਤ ਕਰ ਲਵਾਂ। ਢੇਰ ਸਾਰਾ ਰਾਸ਼ ਏਡੇ ਰਾਸ਼ੇ ਚ ਜੁਮਲਾ ਆਖਣਾ ਚਾਹਨਾ, ਹੱਥ ਬੱਧੀ ਖਲਾਂ, ਹਾਂ ਗੁਨਾਹਗਾਰ ਜਿਹਾ ਬੰਦਾ, ਲੇਕਿਨ ਰੱਦ ਨਹੀਂ ਆਉਂਦੀ ਸਾਈਆਂ ਦੀ ਬਾਰਗਾਹ ਚੋਂ। ਮੈਂ ਤੇਰੀ ਇੱਕ ਮਿੰਨਤ ਕਰਦਾ, ਧੀ ਦਾ ਨਾਂ ਪਹਿਲੀ ਗੱਲ ਫਾਤਿਮਾ ਨਾ ਰੱਖੀ, ਇਹਤਿਆਤ ਬੜੀ ਹੈ। ਜੇ ਫਾਤਿਮਾ ਰੱਖ ਲਵੇ ਨਾ ਬਸ ਜ਼ਿੰਦਗੀ ਵਿੱਚ ਧੀ ਨੂੰ ਤਮਾਚਾ ਨਾ ਮਾਰੀ। ਉਹ ਆਇਆ ਹੀ ਨਹੀਂ ਜਾਂਦੀ, ਹਾਏ ਨਹੀਂ ਨਿਕਲੀ। ਜਦੋਂ ਫਾਤਿਮਾ ਰੋਵੇ ਨਬੀ ਦੀ ਕਬਰ ਹਲਦੀ। ਭਲਾ ਵੀ ਯਾਰ, ਭਲਾ ਵੀ ਯਾਰ, ਭਲਾ ਵੀ ਯਾਰ, ਭਲਾ ਵੀ ਜਿਨ੍ਹਾਂ ਦੇ ਤੇ ਹੱਥ ਪਾਉਂਦੇ ਅੱਲਾ ਰਾਜ਼ੀ ਹੋਵੇ। ਫਾਤਿਮਾ, ਇਮਾਮ ਹੁਸੈਨ ਅਲੈਹਿ ਸਲਾਮ ਫਰਮਾਇਆ, ਔਲਾਦ ਆਦਮ ਜਿਤਨੇ ਬੇਟੇ ਔਰ ਬੇਟੀ ਹੋਵਣ, ਮੈਂ ਹਰ ਬੇਟੇ ਦਾ ਨਾਮ ਅਲੀ ਰੱਖਾਂ, ਹਰ ਬੇਟੀ ਦਾ ਨਾਮ ਫਾਤਿਮਾ। ਚੂੰਕਿ ਇਹਨਾਂ ਦੋ ਨਾਮਾਂ ਦੀ ਤਾਂ ਦੁਸ਼ਮਣੀ ਹੋਈ ਹੈ, ਇਹਨਾਂ ਦੋ ਨਾਮਾਂ ਨਾਲ ਹੀ ਤਾਂ ਦੁਨੀਆ ਲੜੀ ਹੈ। ਬੜਾ ਪਿਆਰ ਕੀਤਾ ਕਰੋ ਧੀਆ ਨਾਲ, ਬੜਾ ਖਿਆਲ ਰੱਖਿਆ ਕਰੋ ਧੀਆ ਦਾ। ਪਰਦੇਦਾਰੀ ਸਿਖਾਓ, ਘਰਦਾਰੀ ਸਿਖਾਓ, ਖਾਨਾਦਾਰੀ ਸਿਖਾਓ, ਜੋ ਧੀਆਂ ਦੇ ਹਕੂਕ ਹਨ ਬਿਲਕੁਲ ਪੂਰੇ ਕਰੋ, ਕੋਈ ਉਹਨਾਂ ਦੇ ਚ ਕਮੀ ਨਾ ਪੇਸ਼ ਕਰੋ। ਆਏ ਕਰ ਕਰੋ ਮਣਾ ਲਿਓ, ਧੀ ਛੋਟੀ ਹੋਵੇ ਨਾ ਬਾਬੇ ਨਾਲ ਢੇਰ ਪਿਆਰ। ਜਿਨ੍ਹਾਂ ਦੀਆਂ ਛੋਟੀਆਂ ਧੀਆਂ ਇਨਸ਼ਾਅੱਲਾ ਸੁੱਖ ਵੇਖੋ ਧੀਆ ਦੇ, ਵੀ ਉਹ ਘਰ ਜਾਵੇ ਉਹ ਧੀ ਬਾਬੇ ਦੀ ਝੋਲੀ ਚ ਆਵੇ, ਨਿਕਲ ਸੀ ਨਹੀਂ ਉਥਾਂ ਹੀ ਗੱਲਾਂ ਕਰਦੀ ਕਰਦੀ ਸੰਪੋਸ। ਪਹਿਲਾ ਲਫ਼ਜ਼ ਆਖੂ ਆਈ ਦੀ ਮਜਲਿਸ ਦਾ, ਹਾਏ ਕਰਕੇ ਰੋਵਣ ਆ ਲਿਆ। ਅਜ਼ਮਾਇਸ਼ ਕਰੀ, ਅਗਰ ਘਰ ਜਾ ਕੇ ਮਜਲਿਸ ਇੰਨਾ ਰੋਵਣ ਆਵੇ ਤੇ ਘਰ ਟੁਰ ਜਾਵੀ। 5-6 ਸਾਲ ਦੀ ਧੀ ਹੋ ਵੀ ਨਾ ਤੇ ਪੱਕਾ ਮੂੰਹ ਕਰਕੇ ਆਖੇ ਅਸੀਂ ਕੱਲ ਜਾਣਾ ਬੀਬੀ ਪਾਕ ਦਾਮਨ ਤੇ ਤੂੰ ਨਹੀਂ ਜਾਣਾ, ਤੇਰੀ ਸਮਝ ਨੂੰ ਸਲਾਹ ਵੇ, ਤੂੰ ਇੱਥੇ ਘਰ ਆਣਾ। ਉਹ ਆਖੇ ਸੀ ਹੈ ਬਾਬਾ ਵਾ ਤੁਸੀਂ ਜਾਣਾ, ਤੂੰ ਆਖੀ ਮੈਂ ਵੀ ਜਾਣਾ, ਤੇਰੀਆਂ ਭੈਣਾਂ ਵੀ ਜਾਣਾ, ਤੇਰੇ ਵੀਰਾਂ ਵੀ ਜਾਣਾ, ਤੇਰੀ ਮਾਂ ਵੀ ਜਾਣਾ। ਬਸ ਤੂੰ ਘਬਰਾ ਵੇ ਸੀ, ਤੁਰ ਤੁਰ ਤੇਰੇ ਮੂੰਹ ਵੱਲ ਵੇਖ ਕੇ ਸੀ ਮੇਰਾ ਕਿਹੜਾ ਜੁਰਮ ਏ ਬਾਬਾ। ਮੈਂ ਕਲੀਆ ਹਵੇਲੀਆਂ ਵਿੱਚ ਡਰ ਲੱਗਦਾ ਈ, ਲਾਇਆ ਕੁਰਾਨ ਮੈਂ ਹੱਥ ਰੱਖ ਦੇਵਾਂ, ਦਰਵਾਜ਼ੇ ਬੰਦ ਪਏ ਹੁੰਦੇ ਆਏ ਸੁਹਰਾ ਵੇ ਦੀ ਮਰਹਬਾ ਮਰ ਰੋ ਕੇ ਆ ਦੀ ਆਈ। ਅੱਜ ਯਤੀਮੀ ਦਾ ਅਹਿਸਾਸ ਹੋਇਆ ਵੇ ਬਾਬਾ, ਵਾਹ ਵਾਹ ਮਰਹਬਾ ਮਰਹਬਾ। ਤਿਆਰੀ ਦੀ ਆ ਛੇਕੜੀ ਮਜਲਿਸ, ਕੱਲ ਫਿਰ ਲਾਹੌਰ ਵਾਲੀ ਮਲਕਾ ਦੇ ਹਿੱਸੇ ਦੀ ਮਜਲਿਸ ਉਸ ਕੱਲ ਵਾਲੀ ਮਜਲਿਸ। ਹਾਸ਼ਮੀਆਂ ਦਾ ਪਹਿਲਾ ਕਤਲ ਪੜੀ ਸੀ, ਚੰਦ ਰਾਤਾਂ ਦਾ ਮਹਿਮਾਨ ਅਯਾਲੀਆ ਦਾ ਫਿਰਾ। ਇੰਜ ਕੋਈ ਅੱਲਾ ਰਾਸੀ ਵੀ ਵਤਨ ਨਹੀਂ ਛੋੜਦਾ ਜਿਵੇਂ ਇਮਾਮ ਹੁਸੈਨ ਅਲੈਹਿ ਸਲਾਮ ਨੂੰ ਛੋੜਨਾ ਪਿਆ। 40 ਹਵੇਲੀ ਤੇ ਬੰਦ ਦਰਵਾਜ਼ਾ, ਆਲੀਆ ਸੈਨ ਨੂੰ ਇਜਾਜ਼ਤ ਮਿਲੀ ਹੈ ਤੇ ਸਰਕਾਰੇ ਅੱਬਾਸ ਨੂੰ ਪਿਆ ਦਿਨ ਕਾਗਜ਼ ਕਲਮ ਦਾ ਵਾਚਾ ਨਾਮ ਲਿਖ। ਅੱਬਾਸ ਨੇ ਪਹਿਲੇ ਲਿਖਿਆ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ, ਨਸਰੁ ਮਿਨ ਅੱਲਾਹਿ ਵਫਤੁਨ ਕਰੀਬ।
امام حسین دی نگاہ پہ یہ فرمایا نے باس ٹھیک لکھی ہے ان دے تلے لے قالوا انا للہ مرحبا مرحبا عباس نے لکھے قالوا انا للہ و انا الیہ راجعون فرمائے ہن لکھ زینب بلاو جندی ہائے نکلی بنت علی سارے دی ہائے نکل جان رہی ہے اسیرہ عائشہ تسی سن کے تڑپے ہو علماء رب جانے لکھیا کیویں سی بڑا اوکھا جا جملہ اس مضمون دا زینب دی بے تے قلم رک گیا ہے تے عباس اسے جاتے ہاتھ اکھی تے رکھ کے رونا شروع کیتا ہے تے موڑے تے ہاتھ رکھ کے حسین پہ دن رک کیوں گیا ہے کر دیو برداشت جملہ عباس تڑپ کے پیا دے رک نہیں میں موک گیا اے مولا مولا اے بی بی مولا اے بی بی تا کدی نانے دے روزے تے بھی اج رہی گئی مولا رب دی گربی رب دے صحرا رب دے سفر فرمایا عباس جے اے نال نہ گئی نا لوگ آکھن سی نماز نہ سے پڑھ دے ہائے ہائے لوگ آکھن حسین حکومت پیچھے ماریا گیا اے سن بچے سی اے نال نہ گئی تا مشن ادھورا ہے عباس اگے لکھ ام کلثوم بنت علی اسیرہ شام دوی سین دا نام لکھ کے فرمائے ہن لکھ رقیہ آ میری لاہور دی ملکہ مکان چل لکھ رقیہ بنت علی اسیرہ شام عباس جلدی نال بہن دا نام لکھ کے نا تے اکھاں چوں آنسو صاف کر کے زمین تے بیٹھے مولا دا قدم چا کے نا جھولی چ رکھیا جدو کوئی گل منوامڑی ہویا پیر تے بوسا دیتا ہے تے رو کے پیدا ہے مولا آکھے تا پہلے دوویں نال کاٹنا چاہ لال ال مومن تیری ہائے تے گواہ ہو جاوے بازار جانے تا میری ہے واہ واہ دربار جانے تا میرے حصے دی بھین جزاک اللہ فرمایا شام دا دربار جانے تا میرے حصے مرحبا امام تڑپ کے فرمایا من دعاں نال ڈھیر پیاری ہے جندا نام میں رقیہ امام فرمایا فرشت لکھو صغرا نال نہیں وجڑا میری ماں دی شکل والی تھی یہ ہائے کر کرون والے فرمائیں دن تسی محمل بناؤ مستوراں نو سوار کراؤ میں دھی نو مل لاواں ہائے کر کرون والے دروازے بند پہ ہون دین ہر بی بی اپنے اپنا سامان اولاد تے چادر اولاد تے برکا چاہ کے ہر بی بی محملہ والے پاسے ٹرے ہوئے ہیں مدینے وچ کوہرام بپا آئی یاد رکھے تیاری تے اتنا گریہ ہویا ہے سیداں دی حویلی وچ اتنا گریہ ہویا ہے یحییٰ مادنی صحابی رسول خدا دا کنا تو ڈورا ہی بدل دی گا جاوی تو سن نہ ہی سکدا یاد رکھے 28 رجب دی رات نہ اد رات لے اٹھے آئے تے دھیاں پتراں دے موڈے لا کے پیا دے کون پیاں روندی ہے واہ بھائی واہ جزاک اللہ جزاک اللہ اولاد ماتم کر کے پیا دی ہے بابا چنگا اکھا کوئی نہ ہو حسین تے آلیا ٹرے واہ واہ مرحبا اتنا گریا ایسا دادی حویلی وچ ہائے کر کرو منا لو امام جی ٹرن تا تخت تکیے تکیے دے اوتے بیمار دھی دا سر تپ دا زور ہے اکھا بندن منہ چ لفظ پہ آندن اما 6-7 سال دا بچہ ماں نال پیار تے وجہ ماں بھی دنیا تے نہ ہووے اما امام نے آ کے نہ دھی دا سر مبارک چاہے تے سینے بیکینا نال لائے تے امام فرمے سغرا او میری دھی اکھا کھولنا بابا مل لینا یہی اکھا کھلی یہ نظر دارو تے امام دے گرم گرم ہنجو دھی دے چہرے تے ڈٹھے نکے نکے ہتھا نال آنسو صاف کر کے پیا دیے عباس تے جی دیا کیوں رونا سیادہ دے سغرا اللہ دے حوالے سیادہ دے میری دھی چاچے غازی دے حوالے
ਚੁੱਕਿਆ ਦੈ ਮੇਰੀ ਕਮਰ ਦਾ ਜ਼ੋਰ ਵੀਰਾ ਮਰਹਬਾ ਰੋ ਲੈਣਾ ਤਿਆਰੀ ਦੀ ਆਖਰੀ ਬਦਲੇ ਸੇ ਫਿਰ ਸਾਲ ਬਾਅਦ ਕਿਸਮਤ ਮੇਲੇ ਸਯਾਦਾ ਦੇ ਨਰੂਆ ਉਹ ਮੇਰੀ ਕਮਰ ਦਾ ਜ਼ੋਰ ਵੀਰਾਏ ਰੋ ਰੋ ਕੇ ਪਈਆ ਦੀ ਅੱਛਾ ਵੇ ਬਾਬਾ ਜੇ ਚਾਚੇ ਵੀ ਨਾਲ ਵੰਜਣਾ ਹੈ ਤਾਂ ਮੇਰੀ ਅਕਬਰ ਫਿਰਾ ਸਿਵਾ ਨਹੀਂ ਨਿਭਦੀ ਹੈ ਇਸ਼ਾਰਾ ਮੈਂ ਕਰਨਾ ਤੇ ਮਾਤਮ ਤੈ ਕਰਨਾ ਤੜਪ ਕੇ ਇਮਾਮ ਫਰਮਾਇਆ ਉਹ ਨਾ ਗਿਆ ਤਾਂ ਬਰਛੀ ਕੌਣ ਅੱਲਾ ਜਾਣੇ ਭੈਣ ਬਰਛੀ ਦਾ ਨਾਂ ਕਿਵੇਂ ਸੁਣਿਆ ਹੋ ਸੀ ਜੀ ਲੱਖ ਮੇਰੀ ਆਗਾਂ ਬੀਬੀ ਆਦੀ ਵੇ ਬਾਬਾ ਇਨਸ਼ਾਅੱਲਾ ਦੀਨ ਬਜ ਪਵੀ ਜੇ ਅਕਬਰ ਵੀ ਨਾਲੇ ਮੈਨੂੰ ਚਾਚੇ ਹਸਨ ਦੇ ਵਿਹੜੇ ਟਿਕਾਈ ਜਾ ਸਯਾਦਾ ਦੇ ਨਰੂਆ ਪੂਰਾ ਵਿਹੜਾ ਮੇਰੇ ਨਾਲੇ ਬਾਬਾ ਸਹਾਰਾ ਦੇ ਮੈਂ ਤੇਰੇ ਸੀਨੇ ਨਾਲ ਲੱਗਣਾ ਹਾਂ ਨਾਲ ਧੀ ਨੂੰ ਲਾਇਆ ਨਿੱਕੇ ਨਿੱਕੇ ਹੱਥ ਦਾੜੀ ਤਲੇ ਰੱਖ ਕੇ ਪਈਆ ਦੀ ਅੱਛਾ ਵੇ ਬਾਬਾ ਕੋਈ ਉਹ ਜਿਹਾ ਸਫ਼ਰ ਏ ਮਰਦ ਸਾਰੇ ਪਵੈਂਦੇ ਮਿੰਨਤ ਲਾ ਮੈਨੂੰ ਫੁੱਫੀ ਜ਼ੈਨਬ ਦੇ ਹਵਾਲੇ ਜਾਂਦੇ ਮਜ਼ਾ ਵਿੱਚ ਮਾਤਮ ਜਾਏ ਦੇ ਸਯਾਦਾ ਦੇ ਸ਼ਾਮ ਕੈ ਵਜੇ ਸਯਾਦਾ ਦੇ ਕਦੀ ਇਸ ਬਜ਼ਾਰ ਜ਼ੈਨਬ ਨਾਲ ਨਵਨੇ ਮਿਸ਼ਨ ਪੂਰਾ ਨਹੀਂ ਹੁੰਦਾ ਉੱਠੀ ਕੇ ਬਹਿ ਰਹੀਏ ਬਾਬਾ ਕਦਾਂ ਨ ਟੁਰਨ ਵਾਲੀ ਅੰਮਾ ਦੇ ਨਾਲ ਵੰਜਣਾ ਹੈ ਤਾਂ ਫੁੱਫੀ ਕਲਸੂਮ ਉਹ ਵੀ ਨਾਲੇ ਅੰਮਾ ਰੁਕਈਆ ਉਹ ਵੀ ਨਾਲੇ ਹੁਣ ਪਿਓ ਦੇ ਕਦਮਾਂ ਤੇ ਨਿੱਕੇ ਨਿੱਕੇ ਹੱਥ ਲਾਏ ਰੋ ਕੇ ਪਈਆ ਦੀਏ ਬਾਬਾ ਵਧੇ ਗੁਜੜੀ ਦੀ ਗੱਲ ਮੰਨ ਲੈ ਧੀਆਂ ਵੀ ਲਈ ਵਹਿਣਾ ਹੈ ਭੈਣਾਂ ਵੀ ਲਈ ਵਹਿਣਾ ਹੈ ਫਿਰਾ ਵੀ ਲਈ ਵਹਿਣਾ ਬਾਬਾ ਮੇਰੀ ਤਰੋਂ ਸਾਲਾਂ ਦੀ ਭੈਣ ਸਕੀਨਾ ਜਡਾਂ ਸ਼ਾਮ ਸੀ ਅਸੀਂ ਵਿਹੜੇ ਚ ਪੈ ਕੇ ਮੈਂ ਅਕਬਰ ਦੀਆਂ ਗੱਲਾਂ ਉਹ ਅਸਗਰ ਦੀਆਂ ਗੱਲਾਂ ਸਯਾਦਾ ਦੇ ਸ਼ਿਮਰ ਦੇ ਤਮਾਚੇ ਜਜ਼ਾਕੱਲਾ ਅੱਲਾ ਤੁਹਾਡਾ ਮਾਤਮ ਕਬੂਲ ਫਰਮਾਵੇ ਤ੍ਰੈ ਮੁਹਰਮ ਦੀ ਰਾਤ ਲੱਖ ਵਾਰੀ ਆਖਾਂ ਸੋਹਣੇ ਲੱਗਦੇ ਹੋ ਜੇ ਹੱਥ ਨਾ ਜੋੜੋ ਮੈਂ ਨੌਕਰਾਂ ਪਸੀਨੇ ਸ਼ਰਾਬੂਰ ਮਾਤਮੀ ਅਜ਼ਾਦਾਰ ਹਰ ਮੌਸਮ ਹਰਿਆ ਤੇ ਹੁਸੈਨ ਦਾ ਇਸ਼ਕ ਵਧੀਆ ਰੋਮਣਾ ਲਿਓ ਨਿੱਕੇ ਨਿੱਕੇ ਹੱਥ ਬੰਨ ਕੇ ਪਈਆ ਦੀਏ ਬਾਬਾ ਬਾਈ ਨਾ ਬੀਬੀਆਂ ਨੂੰ ਆਕ ਹਰ ਜੰਦਰਾ ਹਰ ਦਰਵਾਜ਼ਾ ਤਾਕ ਵਲਾਵਣ ਤੋਂ ਬਾਅਦ ਮੈਨੂੰ ਹਾਂ ਨਾ ਲਾਵੇਣ ਮੈਨੂੰ ਲੱਗਦਾ ਹੀ ਉਹ ਜੀ ਸਫ਼ਰ ਹੋ ਸਕਦਾ ਹੈ ਕੈਂ ਵੱਲਣਾ ਜਾਂ ਕੋਈ ਨਾ ਪਤਾ ਨਹੀਂ ਤੁਹਾਡੇ ਵੱਲਣ ਤੋਂ ਪਹਿਲੇ ਮੈਂ ਬਚਣਾ ਜਾਂ ਕੋਈ ਸਯਾਦਾ ਦੇ ਤੂੰ ਸੜੇ ਹੋਏ ਦਰਵਾਜ਼ੇ ਤੇ ਬਹਿ ਜਾ ਹਾਏ ਹਾਏ ਅੱਲਾ ਰਾਜ਼ੀ ਹੋਵੇ ਭਾਈ ਸਲਾਮ ਹੈ ਸਯਾਦਾ ਦੇ ਮੈਂ ਹਰ ਬੀਬੀ ਨੂੰ ਆਦਾਂ ਚਾਬੀਆਂ ਤੇਰੀ ਤੱਲੀ ਤੇ ਰੱਖੇ ਹਰ ਬੀਬੀ ਜੰਦਰਾ ਮਾਰਦੀ ਏ ਚਾਬੀਆਂ ਸੁਗਰਾ ਦੇ ਹੱਥੇ ਜਿਹੜਾ ਦਰਵਾਜ਼ਾ ਵੇਦੀ ਏ ਉਸੇ ਦਾ ਨਾਂ ਚਾਹੀਦੀ ਏ ਪਹਿਲੀ ਚਾਬੀ ਆਈਏ ਤਰੋ ਕੇ ਪਈਆ ਦੀ ਅੱਲਾ ਚਾਚੇ ਗਾਜ਼ੀ ਦਾ ਦਰਵਾਜ਼ਾ ਦੂਈ ਚਾਬੀ ਆਈਏ ਤੇ ਰੋ ਕੇ ਪਈਆ ਦੀ ਅੱਲਾ ਚਾਚੇ ਹਸਨ ਦਾ ਦਰਵਾਜ਼ਾ ਰੋਵਾਂ ਨਾ ਲਿਓ ਇੱਕ ਬੀਬੀ ਏ ਜਿਹੜੀ ਕੈ ਵੇਲੇ ਤਾਲੇ ਦੋਵੇ ਦੀਏ ਵਾ ਸੁਗਰਾ ਦੋਵੇ ਦੀਏ ਸਯਾਦਾ ਦੇ ਰਬਾਬ ਨਾ ਆਵਣਾ ਪਹਿਲੇ ਦੱਸਿਆ ਜ਼ੈਨਬ ਥੱਕ ਪਈਏ ਸਿਰ ਤੇ ਮਾਤਮ ਦਾ ਪੁਰਸਾ ਰੋ ਕੇ ਆਦਿਓ ਸਾਹਮਣੇ ਬਿਮਾਰ ਓ ਮੈਂ ਜ਼ਹਰਾ ਦੀ ਨੋ ਮਰਹਬਾ ਮਰਹਬਾ ਭਲਾ ਇਕਬਾਲ ਭਾਈ ਸੱਲਾ ਰਾਜ਼ੀ ਹੋ ਇੱਕ ਮੰਜ਼ਲ ਬੁਲੰਦ ਕਰਿਆ ਇਮਾਮ ਫਰਮਾਉਂਦੇ ਨਸਗਰ ਦੀ ਮਾਂ ਚਾਬੀਆਂ ਮੈਂਦੇ ਗੱਲ ਗੌਰ ਨਾਲ ਸੁਣ ਜਦਾਂ ਮੈਂ ਸੁਗਰਾ ਨੂੰ ਚਾਬੀਆਂ ਦੇ ਸਾਂ ਮੇਰੀ ਧੀ ਰੋਸੀ ਆਵਾਜ਼ਾਂ ਦੇ ਰੋਂਦੇ ਬੰਦੇ ਨੂੰ ਨਜ਼ਰ ਕੁਛ ਨਹੀਂ ਆਉਂਦਾ ਜਦਾਂ ਸੁਗਰਾ ਰੋਵੇ ਮੈਂ ਧੀ ਦੇ ਗੱਲ ਚ ਬਾਈ ਚ ਪੈਸਾ
تین اشارہ کراں تو جلدی نال میری کانڈ پیچھو لگ جاویں جیویں بابے نواندیاں ویکھے بیمار تلیا ٹیک اٹھیے سر جھکا کے آ دیے چابیاں دے وے اکبر دا بابا چابیاں دے وے سکینہ دا کرل ماتا سیدہ دے سگرا مرحبا میرا مولا انہاں دے حق پر راضی ہو میں لکھ ویری آنکھاں جڑے ویلے چابیاں دیتیاں تدھی دیاں اکھا نہ آئن کوئی بدل آئن سامن دے روندی ہوئی دھی نی ماں ماں نہ لایا رو کے پیا دی وے بابا اللہ جانے تے ولنا یا کوئی نہ اج گل نہیں مکی سیدہ دے ربا میری کن پیچھو لگ جا اللہ دے آسمان تلے پہلا تے آخری منظر اینو ماں دوڑیے بابے دے بازو دے تلے ماں دے قدم نظر آیا جیڈا رش ہوے دھی ماں تو نہیں بھول دی پیو دے گل چو بائی کڈ کے ماں دے پیچھے دوڑی ہے ماں دا برکا ناپ کے آ دیے تو نہ مل مینوں اصلار ملا او میرا چوتیاں لا بھرا مرحبا مکان دیو اپنے وقت دے امام نو مکان دیو جزاک اللہ مرحبا آزاد تو نہ مل مینوں ویر ملا رو والا لیو بھرا نو نال لے کے دیوار نال بہ گئی ہے رو کے پیا دیے وے بھرا انہاں نوں ونجن دے میں محمد سمجھ کے تیری خدمت کرے سا اصغرا کدا تا تیری ماس لے پوسی اصغرا تو بھین نو چھوڑ کے نہ کر دیو برداشت کر دیو برداشت تے منظر پڑا ساریاں تو پہلے ابل فضل لباس حد کی تناس گھر میں چاوا اولاد لبندا اوکا برداشت کر سی علی اصغر بھین دے گل چ بائی پا لیا تیری ہائے نکلی اکبر حد کی تے اصغر ہاتھ نہیں کٹھے حسین آدن چاہی راکھے ایک گال میں نو اصغر دے کاننے چھ کرن دے مظلومیو جی گال کی تھی اصغر آدھے بھین ہون اللہ دے حوال سیر تے ماتم دا پرسا بابا دے نال نو آندا تیر کے صغرا رو کیا دیو بابا گال لا تو مرن پیا